ਹੈਲੋ एवरीवन ਵੈਲਕਮ ਬੈਕ ਟੂ ਚੈਨਲ ਹਾਊ ਟੂ ਸਿੰਪਲੀਫਾਈ ਐਜੂਕੇਸ਼ਨ ਤਾਂ ਆਪਾਂ ਜਲਦੀ ਨਾਲ ਈਵੀਐਸ ਦੇ ਕੁਐਸਚਨਸ ਦੇ ਸੋਲੂਸ਼ਨ ਦੇਖ ਰਹੇ ਹਾਂ ਤਕਰੀਬਨ ਸਾਰੇ ਕੁਐਸਚਨ ਅਸੀਂ ਤੁਹਾਨੂੰ ਸਹੀ ਕਰਵਾਵਾਂਗੇ ਫਿਰ ਵੀ ਜੇਕਰ ਕਿਸੇ ਕੁਐਸਚਨ ਦੇ ਵਿੱਚ ਡਾਊਟ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਆਪਾਂ ਕਮੈਂਟ ਸੈਕਸ਼ਨ ਦੇ ਵਿੱਚ ਉਸ ਕੁਐਸਚਨ ਨੂੰ ਡਿਸਕਸ ਕਰ ਲਵਾਂਗੇ ਫਰਸਟ ਕੁਐਸਚਨ ਹੈ ਪਾਸਟਰਾਇਜ਼ੇਸ਼ਨ ਦੀ ਵਰਤੋਂ ਮੁਕਤ ਤੌਰ ਤੇ ਡੈਸ਼ ਲਈ ਕੀਤੀ ਜਾਂਦੀ ਹੈ ਇਹ ਕੀਤੀ ਜਾਂਦੀ ਹੈ ਜੀ ਦੁੱਧ ਲਈ ਨੈਕਸਟ ਹੈ ਇਗਲੂ ਇੱਕ ਕਿਸਮ ਦਾ ਘਰ ਹੈ ਜੋ ਬਣਾਇਆ ਜਾਂਦਾ ਹੈ ਤਾਂ ਪੋਲਰ ਰੀਜਨ ਦੇ ਵਿੱਚ ਬਣਾਇਆ ਜਾਂਦਾ ਹੈ অপਸ਼ਨ ਨੰਬਰ ਸੀ ਥਰੂ ਵੀ ਖੇਤਰ ਵਾਤਾਵਰਨ ਪ੍ਰਦੂਸ਼ਣ ਦੇ ਮੁੱਦੇ ਨੂੰ ਲੈ ਕੇ ਭਾਰਤ ਦੇ ਕਿਸ ਵਾਤਾਵਰਨ ਪ੍ਰੇਮੀ ਨੇ ਭਾਰਤ ਦੀ ਸੁਪਰੀਮ ਕੋਰਟ ਵਿੱਚ ਕੇਸ ਦਾਇਰ ਕੀਤਾ ਰਾਈਟ অপਸ਼ਨ ਹੈ ਐਸ ਸੀ ਮਹਿਤਾ অপਸ਼ਨ ਨੰਬਰ ਬੀ ਹੇਠ ਲਿਖਿਆ ਵਿੱਚੋਂ ਕਿਹੜਾ ਹਵਾ ਪ੍ਰਦੂਸ਼ਣ ਲਈ ਪ੍ਰਬੰਧਨ ਵਿਕਲਪ ਹੈ ਰੁੱਖ ਲਗਾਉਣਾ ਆਵਾਜਾਈ ਦੀ ਯੋਜਨਾਬੰਦੀ ਸੀਐਨਜੀ ਦੀ ਬਾਲਣ ਵਜੋਂ ਵਰਤੋ ਤਾਂ ਉਪਰੋਕਤ ਸਾਰੇ ਹੀ ਹੈ। ਨੈਕਸਟ ਹੈ ਵਿਸ਼ਵ ਵਾਤਾਵਰਣ ਦਿਵਸ ਕਦੋਂ ਮਨਾਇਆ ਜਾਂਦਾ ਹੈ? ਵਰਲਡ এনवायरमेंट ਡੇ ਮਨਾਇਆ ਜਾਂਦਾ ਹੈ 5 ਜੂਨ ਨੂੰ। ਨੈਕਸਟ ਹੈ ਮਿੱਟੀ ਦਾ ਕਟਾ ਮਿੱਟੀ ਦੀ ਉੱਪਰਲੀ ਪਰਤ ਨੂੰ ਹਟਾਉਣਾ ਜਿਸ ਵਿੱਚ ਡੈਸ਼ ਹੁੰਦਾ ਹੈ। ਜੈਵਿਕ ਪਦਾਰਥ, ਪੌਦਿਆਂ ਦੇ ਪੋਸ਼ਕ ਤੱਤ। ਰਾਈਟ ਆਪਸ਼ਨ ਹੈ ਦੋਵੇਂ ਹੀ ਆਪਸ਼ਨ ਨੰਬਰ ਸੀ ਕਰੈਕਟ ਹੈ। ਵਾਜ ਮੰਦਰੀ ਕਿਹੜੀ ਪਰਤ ਵਿੱਚ ਪ੍ਰਾਗਯਣਨੀ ਕਿਰਨਾਂ ਦਾ ਅਲਟਰਾਵਾਇਲਟ ਰੇ ਨੂੰ ਸੋਕਣ ਵਾਲੀ ਓਜ਼ੋਨ ਪਰਤ ਪਾਈ ਜਾਂਦੀ ਹੈ ਤੇ ਇਹ ਪਾਈ ਜਾਂਦੀ ਹੈ ਸਟੈਟੋਸਫੀਅਰ ਆਪਸ਼ਨ ਨੰਬਰ ਸੀ ਸਹੀ ਹੋਵੇਗਾ ਨੈਕਸਟ ਹੈ ਡੈਸ਼ ਵਾਤਾਵਰਨ ਅਧਿਐਨ ਵਿੱਚ ਸ਼ਾਮਲ ਹੈ ਪੂਜਨ ਲੜੀ ਜਲ ਚੱਕਰ ਧਰਤੀ ਤੇ ਜੀਵਨ ਤਾਂ ਉਪਰੋਕਤ ਸਾਰੇ ਹੀ ਨੈਕਸਟ ਹੈ ਹੇਠ ਲਿਖਿਆਂ ਵਿੱਚੋਂ ਵਾਤਾਵਰਨ ਵਿੱਚ ਈਵੀਐਸ ਗਤੀਵਿਧੀਆਂ ਨੂੰ ਤਰਕਪੂਰਨ ਕ੍ਰਮ ਵਿੱਚ ਅਯੋਜਿਤ ਕਰਨ ਦੇ ਚਾਰ ਪੜਾਅ ਦਿੰਦਾ ਹੈ ਇਸ ਵਿੱਚ ਜੋ ਰਾਈਟ ਆਪਸ਼ਨ ਹਾਂ ਉਹ ਆਪਸ਼ਨ ਨੰਬਰ 4 ਯੋਜਨਾਬੰਦੀ ਪ੍ਰਕਿਰਿਆ ਨੂੰ ਪ੍ਰਤੀਬਿੰਦਿਤ ਕਰਨਾ ਗਤੀਵਿਧੀ ਦਾ ਸੰਚਾਲਨ ਕਰਨਾ ਕਾਰਜਗੁਜ਼ਾਰੀ ਦਾ ਮੁਲਾਂਕਣ ਕਰਨਾ ਨੈਕਸਟ ਹੈ ਨਿਰੰਤਰ ਅਤੇ ਵਿਆਪਕ ਮੁਲਾਂਕਣ ਸਕੂਲ ਆਧਾਰਿਤ ਮੁਲਾਂਕਣ ਪ੍ਰਣਾਲੀ ਜਿਸ ਵਿੱਚ ਡੈਸ਼ ਪੱਧਰ ਦੇ ਵਿਦਿਆਰਥੀਆਂ ਦੀ ਪ੍ਰਗਤੀ ਦੇ ਸੰਕਲਨ ਦੀ ਲੋੜ ਨਹੀਂ ਹੁੰਦੀ ਆ ਕਲਸਟਰ ਬਲਾਕ ਜ਼ਿਲ੍ਹਾ ਇਹਦੇ ਵਿੱਚ ਆਈ ਥਿੰਕ ਆਪਸ਼ਨ 1 ਦਾ ਹੈ ਡੀ ਉਪਰੋਕਤ ਸਾਰੇ ਬਾਕੀ ਇਸ ਕੁਐਸਚਨ ਨੂੰ ਆਪਾਂ ਕਮੈਂਟ ਸੈਕਸ਼ਨ ਦੇ ਵਿੱਚ ਡਿਸਕਸ ਕਰ ਲਵਾਂਗੇ ਜੇਕਰ ਤੁਸੀਂ ਇਸ ਕੁਐਸਚਨ ਬਾਰੇ ਜਾਣਦੇ ਹੋ ਤਾਂ ਜਰੂਰ ਕਮੈਂਟ ਕਰਨਾ ਨੈਕਸਟ ਹੈ ਪੰਜਾਬ ਵਿੱਚ ਡੈਸ਼ ਵਿਖੇ ਬੋਧੀ ਸਤੂਪਾਂ ਦੀ ਖੋਜ ਕੀਤੀ ਗਈ ਰਾਈਟ ਆਪਸ਼ਨ ਹੈ ਸੰਗੋਲ ਅਤੇ ਅਬੋਹਰ ਨੈਕਸਟ ਹੈ ਮੁੰਡਾ ਕਬੀਲਾ ਮੁੱਖ ਤੌਰ ਤੇ ਕਿਸ ਰਾਜ ਵਿੱਚ ਪਾਇਆ ਜਾਂਦਾ ਹੈ ਰਾਈਟ ਆਪਸ਼ਨ ਆਪਸ਼ਨ ਨੰਬਰ ਏ ਝਾਰਖੰਡ ਨੈਕਸਟ ਹੈ ਹਰ ਇੱਕ ਬੱਚੇ ਲਈ ਇੱਕ ਰੁਕ ਪ੍ਰੋਗਰਾਮ ਡੈਸ਼ ਵਿੱਚ ਸ਼ੁਰੂ ਕੀਤਾ ਗਿਆ ਸੀ ਤਾਂ 6th 5 ਇਅਰ ਪਲਾਨ 6ਵੀਂ ਪੰਜ ਸਾਲਾ ਯੋਜਨਾ ਦੇ ਵਿੱਚ ਇਹ ਸ਼ੁਰੂ ਕੀਤਾ ਗਿਆ ਸੀ ਨੈਕਸਟ ਹੈ ਵਾਤਾਵਰਣ ਸਿੱਖਿਆ ਦੀ ਦੇ ਆਪੰਡ ਸਖਲਾਈ ਪ੍ਰਕਿਰਿਆ ਵਿੱਚੇੜ ਲਿਕਾ ਵਿੱਚੋਂ ਕਿਹੜਾ ਕਥਨ ਗਲਤ ਹੈ অপশন নাম্বার সি غلط ਹੈ ਵਾ ਅਧਿਆਪਕ ਦੀ ਭੂਮਿਕਾ ਤਾਨਾਸ਼ਾਈ ਵਾਲੀ ਹੁੰਦੀ ਹੈ ਇਹ অপশন غلط ਹੈ রাইট অপশন ਬਣੇਗਾ অপশন নাম্বার সি ਨੈਕਸਟ ਹੈ ਇਹ ਲਿਖਿਆ ਵਿੱਚੋਂ ਕਿਹੜੀ ਖੇਡ ਬਾਕੀ ਤਿੰਨਾਂ ਤੋਂ ਪਿੰਨ ਹੈ ਤਾਂ ਸ਼ਤਰੰਜ ਪਿੰਨ ਹੈ ਭਾਰਤ ਡੈਸ਼ ਪੰਛੀ ਦਾ ਮੂਲ ਨਿਵਾਸ ਨਹੀਂ ਹੈ ਪੈਂਗੁਨ ਪੈਂਗੂਆਂ ਦਾ ਮੂਲ ਨਿਵਾਸ ਸਥਾਨ ਭਾਰਤ ਨਹੀਂ ਹੈ অপশন ਬਸ ਸੀ கரੈਕਟ ਹੋਵੇਗਾ ਪੰਜਾਬ ਦੇ ਜ਼ਿਲ੍ਹਾ ਕਿਲਾ ਰਾਏਪੁਰ ਵਿੱਚ ਡੈਸ਼ ਤੋਂ ਪਿੰਡ 올림픽 ਖੇਡਾਂ ਦਾ ਆਯੋਜਨ ਕੀਤਾ ਗਿਆ ਸੀ 1900 1933 ਤੋਂ ਕੀਤਾ ਗਿਆ ਸੀ অপਸ਼ਨ ਨੰਬਰ ਡੀ ਕਰੈਕਟ ਹੋਵੇਗਾ ਨੈਕਸਟ ਹੈ ਹੇਠ ਲਿਖਿਆਂ ਪਸਲਾ ਵਿੱਚੋਂ ਕਿਹੜੀ ਜੜ ਨਹੀਂ ਹੈ ਤਾਂ ਪੋਟੇਟੋ ਆਲੂ ਜੜ ਨਹੀਂ ਹੈ 1957 ਵਿੱਚ ਰੂਸੀ ਪਲਾਟ ਜਾਣ ਰਾਹੀਂ ਪਲਾਟ ਜਾਣ ਵਾਲਾ ਪਹਿਲਾ ਜਾਨਵਰ ਕਿਹੜਾ ਸੀ ਉਹ ਸੀ ਇੱਕ ਡੌਗ অপਸ਼ਨ ਨੰਬਰ ਏ ਨੈਕਸਟ ਹੈ ਪੰਜਾਬ ਦੀ ਪਹਿਲੀ ਮਹਿਲਾ ਪਾਇਲਟ ਇਨਸਟ੍ਰਕਟਰ ਕੌਣ ਹੈ ਇਹ ਹੈਗੀ ਹੈ ਜੀ ਸੁਖਦੀਪ ਕੌਰ অপਸ਼ਨ ਨੰਬਰ ਸੀ ਕਰੈਕਟ ਹੈ ਨੈਕਸਟ ਹੈ ਡੈਸ਼ ਵਾਤਾਵਰਨ ਅਧਿਐਨ ਦਾ ਉਹ ਹਿੱਸਾ ਜਿਸ ਵਿੱਚ ਅਸੀਂ ਜੀਵਾ ਪੌਦਿਆਂ ਤੇ ਜਾਨਵਰਾਂ ਤੇ ਉਹਨਾਂ ਦੇ ਸਬੰਧ ਜਾਂ ਦੂਜੇ ਜੀਵਤ ਤੇ ਅਨਰਜੀਵ ਚ ਵਾਤਾਵਰਨ ਦੀ ਆਪਸੀ ਨਿਰਭਰਤਾ ਬਾਰੇ ਅਧਿਐਨ ਕਰਦੇ ਹਾਂ ਤੇ ਉੱਥੇ ਰਾਈਟ অপਸ਼ਨ অপਸ਼ਨ ਨੰਬਰ ਸੀ ਇਕੋਲੋਜੀ ਵਾਤਾਵਰਨ ਵਿਗਿਆਨ ਨੈਕਸਟ ਹੈ ਹੋਲਿਸਟਿਕ ਐਜੂਕੇਸ਼ਨ ਏਮਸ ਐਟ ਦੀ ਡਿਵੈਲਪਮੈਂਟ ਆਫ ਆਲ ਰੌਂਡ ਡਿਵੈਲਪਮੈਂਟ ਸੰਪੂਰਨ ਵਿਕਾਸ ਆਪਸ਼ਨ ਨੰਬਰ ਡੀ ਕਰੈਕਟ ਹੈ ਨੈਕਸਟ ਹੈ ਲੂਇਸ ਬਰੇਲ ਇਜ਼ ਨੋਨ ਫॉर ਹਿਸ ਡਿਸਕਵਰੀ ਆਫ ਸਕ੍ਰਿਪਟ ਫॉर ਦੀ ਬ্লাইন্ড ਨੇਤਰਹੀਨਾਂ ਲਈ ਲਿਪੀ ਆਪਸ਼ਨ ਨੰਬਰ ਬੀ ਕਰੈਕਟ ਹੈ ਨੈਕਸਟ ਹੈ ਇਬਰ ਬੂਤਾ ਇੱਕ ਯਾਤਰੀ ਸੀ ਜੋ ਭਾਰਤ ਆਇਆ ਸੀ ਉਹ ਡੈਸ਼ ਦਾ ਰਹਿਣ ਵਾਲਾ ਸੀ ਤਾਂ ਉਹ ਮਰੋਕੋ ਦਾ ਰਹਿਣ ਵਾਲਾ ਸੀ ਨੈਕਸਟ ਹੈ ਡੈਸ਼ ਦੇ ਅਨੁਸਾਰ ਕੁਦਰਤੀ ਵਾਤਾਵਰਨ ਦੀ ਸੁਰੱਖਿਆ ਤੇ ਸੁਧਾਰ ਕਰਨ ਦਾ ਫਰਜ਼ ਹਰੇਕ ਨਾਗਰਿਕ ਦਾ ਫਰਜ਼ ਹੋਵੇਗਾ ਜਿਵੇਂ ਝੀਲਾਂ ਦੇ ਦੀਆਂ ਜੰਗਲਾਂ ਤੇ ਜੰਗਲੀ ਜੀਵ ਸ਼ਾਵਲਾਂਨ ਇਹ ਆ ਜੀ ਫੰਡਾਮੈਂਟਲ ਡਿਊਟੀਆਂ ਆਰਟੀਕਲ 51A(g) ਦੇ ਵਿੱਚ ਕਿਹਾ ਗਿਆ ਹੈ ਨੈਕਸਟ ਹੈ ਹੂ ਇਜ਼ ਨੋਨ ਐਸ ਦਾ ਫਾਦਰ ਆਫ ਵਨ ਮਹਾਉਤਸਵ ਤਾਂ ਵਨ ਮਹਾਉਤਸਵ ਦੇ ਫਾਦਰ ਹਨ ਕੇ ਐਮ ਮੁੰਛੀ ਇਹ ਲਿਖਿਆ ਵਿੱਚੋਂ ਕਿਹੜਾ ਪਾਣੀ ਦਾ ਕੁਦਰਤੀ ਸੋਮਾ ਨਹੀਂ ਹੈ ਝੀਲਾਂ ਨਦੀਆਂ ਨਹਿਰਾਂ ਇਹ ਸਾਰੀ ਆ ਜਾਏਗਾ ਆਪਸ਼ਨ ਨੰਬਰ ਡੀ ਕਰੈਕਟ ਹੈ ਕੁਦਰਤੀ ਸੋਮਾ ਹੁੰਦਾ ਮੀਂਹ ਦਾ ਪਾਣੀ ਨੈਕਸਟ ਹੈ ਵਾਤਾਵਰਣ ਸਿੱਖਿਆ ਪੜਾਉਣ ਦਾ ਢੰਗ ਕਿਹੜਾ ਹੈ ਸਰਵੇ ਮੈਥਡ ਪ੍ਰੋਜੈਕਟ ਮੈਥਡ ਡਿਸਕਸ਼ਨ ਮੈਥਡ ਤੇ ਇਹਦਾ ਰਾਈਟ ਆਪਸ਼ਨ ਬਣੇਗਾ ਜੀ ਆਪਸ਼ਨ ਨੰਬਰ ਸੀ ਡਿਸਕਸ਼ਨ ਮੈਥਡ ਨੈਕਸਟ ਹੈ ਪ੍ਰਾਇਮਰੀ ਪੱਧਰ ਤੇ ਵਾਤਾਵਰਣ ਸਿੱਖਿਆ ਪੜਾਉਣ ਦਾ ਕੀ ਉਦੇਸ਼ ਹੈ ਤੇ ਇਹਦਾ ਰਾਈਟ ਆਪਸ਼ਨ ਹੈ ਟੂ ਕੰਟੈਕਟ ਦਾ ਐਕਸਪੀਰੀਅੰਸ ਆਫ ਦਾ ਲਰਨਰ ਇਨ ਸਕੂਲ ਵਿਦ ਦਾ ਵਰਲਡ ਆਊਟਸਾਈਡ ਵਿਦਿਆਰਥੀਆਂ ਦੇ ਸਕੂਲੀ ਤਜਰਬਿਆਂ ਨੂੰ ਬਾਹਰਲੀ ਦੁਨੀਆ ਨਾਲ ਜੋੜਨਾ ਆਪਸ਼ਨ ਨੰਬਰ ਸੀ ਇਹ ਲੈਵਲ ਵਿੱਚੋਂ ਕਿਹੜਾ ਰੁੱਖ ਭਾਰਤ ਦਾ ਮੂਲ ਰੁੱਖ ਨਹੀਂ ਹੈ ਤੇ ਇਹ ਹੈ ਸਫੈਦਾ অপਸ਼ਨ ਨੰਬਰ ਡੀ ਬਾਕੀ ਜੇਕਰ ਕਿਸੇ ਕੁਐਸਚਨ ਦੇ ਵਿੱਚ ਤੁਹਾਨੂੰ ਡਾਊਟ ਆਇਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਪੁੱਛ ਸਕਦੇ ਹੋ ਆਪਾਂ ਡਿਸਕਸ ਕਰ ਲਵਾਂਗੇ ਉਸ ਕੁਐਸਚਨ ਨੂੰ